ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ Job World ਤੇ ਸਵਾਗਤ ਹੈ ਦੋਸਤੋ Department of Health and Family Welfare ਵੱਲੋਂ GNM ਦੇ ਕੋਰਸ ਲਈ ਸੈਸ਼ਨ 2023 ਲਈ ਦਾਖਲਾ ਸ਼ੁਰੂ ਹੋਣ ਜਾ ਰਿਹਾ ਹੈ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਬਾਰੇ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਇਸ ਤੋਂ ਇਲਾਵਾ ਐਡਮਿਸ਼ਨ ਅਤੇ ਰਿਜ਼ਲਟ ਸੰਬੰਧੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਸਕੇ ਨੋਟਿਸ ਦੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਸ ਨੇ ਵੀ GNM ਕੋਰਸ ਵਿੱਚ ਐਡਮਿਸ਼ਨ ਲੈਣੀ ਹੈ ਉਹ ਇਸ ਆਨਲਾਈਨ ਪ੍ਰੋ ਕਾਲੇ ਦੇ ਵਿੱਚ ਐਡਮਿਸ਼ਨ ਲੈ ਸਕਣ ਆਓ ਲੈ ਚਲਦਾ ਹਾਂ ਤੁਹਾਨੂੰ ਪਬਲਿਕ ਨੋਟਿਸ ਵੱਲ ਪਬਲਿਕ ਨੋਟਿਸ ਹੈ ਜੀ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਬਾਗ ਦਾਖਲਾ ਸੂਚਨਾ ਸਿਰਫ ਲੜਕੀਆਂ ਵਾਸਤੇ ਹੈ ਪੰਜਾਬ ਸਰਕਾਰ ਵੱਲੋਂ ਆਈਐਨਸੀ ਅਤੇ ਪੀਐਨ ਆਰਸੀ ਵੱਲੋਂ ਬਕਾਇਦਾ ਮਾਨਤਾ ਪ੍ਰਾਪਤ ਹੈ ਇਟਲੀ ਕੇ ਸਰਕਾਰੀ ਜੀਐਨਐਮ ਸਕੂਲਾਂ ਵਿੱਚ ਪਲੱਸ 2 ਯੋਗਤਾ ਪ੍ਰਾਪਤ ਲੜਕੀਆਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ ਦਾਖਲਾ ਸੂਚਨਾ ਸਿਰਫ ਲੜਕੀਆਂ ਵਾਸਤੇ ਜਨਰਲ ਨਰਸਿੰਗ ਅਤੇ ਮਿਡਵਾਈਫਰੀ ਕੋਰਸ ਵਾਸਤੇ ਹੈ ਇਸ ਤੋਂ ਇਲਾਵਾ ਦੋਸਤੋ ਸੇਮ ਪ੍ਰੋਸੈਸ ਨਾਲ ਤੁਸੀਂ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਸਕਦੇ ਹੋ ਇਹ ਕਾਲਜ ਨੇ ਸ਼ਹੀਦ ਮਦਨ ਲਾਲ ਟਿੰਗਰਾ ਸਕੂਲ ਆਫ ਨਰਸਿੰਗ ਆਈ ਐਮ ਐਚ ਅੰਮ੍ਰਿਤਸਰ ਜਿੰਨਾ ਦਾ ਫੋਨ ਨੰਬਰ 018324239ਪੀ ਹੈ ਜਿਸ ਵਿੱਚ ਸੀਟਾਂ ਜੋ 40 ਨੇ ਇਹਨਾਂ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਗਵਰਨਮੈਂਟ ਜੀਐਨਐਮ ਕਾਲਜ ਆਫ ਨਰਸਿੰਗ ਸਿਵਲ ਹਸਪਤਾਲ ਬਟਿੰਡਾ ਜਿਹਨਾਂ ਦਾ ਫੋਨ ਨੰਬਰ 01662213221 ਹੈ 50 ਸੀਟਾਂ ਨੇ ਇਹਨਾਂ ਵਾਸਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਗਵਰਨਮੈਂਟ ਜੀਐਨਐਮ ਸਕੂਲ ਆਫ ਨਰਸਿੰਗ ਸਿਵਲ ਹਸਪਤਾਲ ਗੁਰਦਾਸਪੁਰ ਗਵਰਨਮੈਂਟ ਆਫ ਨਰਸਿੰਗ ਸਕੂਲ SVLS ਸਿਵਲ ਹਸਪਤਾਲ ਜਲੰਧਰ ਜਿਨ੍ਹਾਂ ਦਾ ਫੋਨ ਨੰਬਰ 01812240049 ਹੈ 50 ਸੀਟਾ ਨੇ ਇੱਥੇ ਵੀ ਇਸ ਤੋਂ ਇਲਾਵਾ ਗਵਰਨਮੈਂਟ ਜੀਐਨਐਮ ਕਾਲਜ ਆਫ ਨਰਸਿੰਗ ਮਾਤਾ ਕੁਸ਼ਲਿਆ ਹਸਪੀਟਲ ਪਟਿਆਲਾ ਜਿਨ੍ਹਾਂ ਦਾ ਫੋਨ ਨੰਬਰ 017522055 ਹੈ ਇਸ ਵਿੱਚ ਵੀ 50 ਸੀਟਾਂ ਨੇ ਇਸ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਗਵਰਨਮੈਂਟ ਜੀ ਐਨ ਐਮ ਕਾਲਜ ਆਫ ਨਰਸਿੰਗ ਸਿਵਲ ਹਸਪੀਟਲ ਰੋਪੜ ਜਿੱਥੇ 50 ਸੀਟਾਂ ਨੇ ਗਵਰਨਮੈਂਟ ਜੀ ਐਨ ਐਮ ਕਾਲਜ ਆਫ ਨਰਸਿੰਗ ਸਿਵਲ ਹਸਪੀਟਲ ਸੰਗਰੂਰ ਜਿਹਨਾਂ ਦਾ ਫੋਨ ਨੰਬਰ 01672230370 ਬਧੇਰੇ ਜਾਣਕਾਰੀ ਲਈ ਤੁਸੀਂ ਨਾ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਜੋ ਵੈਬਸਾਈਟ ਹੈ www.phsc.punjab.gov.in ਹੈ ਜੋ ਮਹੱਤਵਪੂਰਨ ਮਿੱਥੀਆਂ ਨੇ ਉਹਨਾਂ ਵਾਸਤੇ ਤੁਹਾਨੂੰ 10ਵੀਂ ਵੀ 3 ਅਗਸਤ 2023 ਤੋਂ ਤੁਹਾਨੂੰ ਫਾਰਮ ਉਪਲਬਧ ਹੋਵੇਗਾ ਇਸ ਵੈਬਸਾਈਟ ਤੇ ਤੇ ਪੇਮੈਂਟ ਵੀ ਤੁਸੀਂ ਕਰਾ ਸਕਦੇ ਹੋ ਤੇ ਤੱਕ ਸ਼ਾਮੀ 4 ਵਜੇ ਤੱਕ ਤੇ ਜੋ ਅਨਰਜ਼ਰਵ ਕੈਟਾਗਰੀ ਲਈ ਫੀਸ ਹੈ ਉਹ 600 ਰੁਪਏ ਹੈ ਅਤੇ ਰਿਜ਼ਰਵ ਕੈਟਾਗਰੀ ਲਈ ਫੀਸ 300 ਰੁਪਏ ਲੱਗੇਗੀ ਪ੍ਰੋਸਪੈਕਟਰਸ ਅਤੇ ਹੋਰ ਜਾਣਕਾਰੀ ਸੰਬੰਧੀ ਤੁਸੀਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਵੈਬਸਾਈਟ www.phsc.punjab.gov.in ਤੇ ਜਾ ਸਕਦੇ ਹੋ ਮੈਂ ਤੁਹਾਨੂੰ ਵੈਬਸਾਈਟ ਤੇ ਲੈ ਕੇ ਚੱਲਦਾ ਹਾਂ ਦੋਸਤੋ ਵੈਬਸਾਈਟ ਤੇ ਤੁਸੀਂ ਦੇਖੋਗੇ phsc.punjab.gov.in ਤਾਂ ਫਰੰਟ ਤੇ ਹੀ ਤੁਹਾਨੂੰ ਐਡਵਰਟਾਈਜ਼ਮੈਂਟ 2022-23 ਜੀਐਨਐਮ ਸਕੂਲ ਵਾਸਤੇ ਮਿਲੇਗੀ ਬਟ ਇਹ ਐਡਵਰਟਾਈਜ਼ਮੈਂਟ ਪੁਰਾਣੀ ਹੈ ਤੇ ਇਹਨਾਂ ਅਗਸਤ ਤੋਂ ਤੁਹਾਨੂੰ ਇੱਥੇ ਨਵੀਂ ਜੋ ਐਡਵਰਟਾਈਜ਼ਮੈਂਟ ਹੋ ਮਿਲ ਜਾਵੇਗੀ ਇਸ ਤੋਲਾ ਪਰ ਪ੍ਰੋਸਪੈਕਟਸ ਵੀ ਅਤੇ ਤੁਸੀਂ ਇੱਥੇ ਹੀ ਆਨਲਾਈਨ ਅਪਲਾਈ ਕਰਕੇ ਇਹਨਾਂ ਕਲਜਾਂ ਵਿੱਚ ਐਡਮਿਸ਼ਨ ਲਈ ਅਪਲਾਈ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਬਿਹਤਰੀਨ ਹੋਵੇਗੀ ਅਤੇ ਤੁਸੀਂ ਇਸ ਦਾ ਭਰਪੂਰ ਲਾਭ ਉਠਾਓਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀ ਜ਼ਰੂਰਤਮੰਦ ਜਿਸ ਨੇ ਐਡਮਿਸ਼ਨ ਲੈਣੀ ਹੈ ਉਸ ਤੱਕ ਇਹ ਵੀਡੀਓ ਸਮੇਂ ਸਿਰ ਪਹੁੰਚ ਜਾ